ਕਸ਼ਮੀਰ ਦੇ ਵਿੱਚ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ। ਸਨੋ ਨਾਲ ਸੜਕਾਂ ਅਤੇ ਪਹਾੜ ਜਿਹੜੇ ਨੇ ਉਹ ਸਫੇਦ ਨਜ਼ਰ ਆ ਰਹੇ ਨੇ। ਕਸ਼ਮੀਰ ਦੇ ਉੱਚੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਸ਼ੁਰੂ ਹੋਈ ਹੈ। ਖੂਬਸੂਰਤ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਚਾਰੋਂ ਤਰਫ ਬਰਫ਼ ਦੀ ਸਫੇਦ ਚਾਦਰ ਜਿਹੜੀ ਹੈ ਉਹ ਵਿਛੀ ਹੋਈ ਨਜ਼ਰ ਆ ਰਹੀ ਹੈ। ਸੋਨਮਰਗ, ਗੁਰੇਜ਼, ਮੁਗਲ ਤੋਂ 3 ਤੋਂ 6 ਇੰਚ ਇਹ ਸਨੋਫੋਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ 16 ਨਵੰਬਰ ਤੱਕ। ਹਾਲਾਂਕਿ ਇਹ ਬਰਫ਼ਬਾਰੀ ਜਿਹੜੀ ਹੈ ਪਹਾੜਾਂ ਦੇ ਵਿੱਚ ਜਾਰੀ ਰਹੇਗੀ। ਦੱਸ ਦਈਏ ਕਿ ਸ਼੍ਰੀਨਗਰ ਲੇਹ ਰਾਸ਼ਟਰੀ ਰਾਜਮਾਰਗ ਜਿਹੜਾ ਹੈ ਬਰਫ਼ਬਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਾਂਦੀਪੋਰਾ ਗੁਰੇਜ ਸੜਕ ਵੀ ਬੰਦ ਕੀਤੀ ਗਈ ਹੈ। ਕਸ਼ਮੀਰ ਦੇ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਦੇ ਕਾਰਨ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਵਿਛ ਗਈ ਹੈ। ਗੁਲਮਰਗ ਦੇ ਅਫਰਾਵਤ, ਸੋਨਮਰਗ, ਗੁਰੇਜ਼, ਮੁਗਲ ਰੋਡ ਇਲਾਕੇ ਦੇ ਵਿੱਚ 3 ਤੋਂ 6 ਇੰਚ ਬਰਫ਼ ਡਿੱਗ ਗਈ ਹੈ। ਬਰਫ਼ਬਾਰੀ ਕਾਰਨ ਸ਼੍ਰੀਨਗਰ ਲੇਹ ਰਾਸ਼ਟਰੀ ਰਾਜਮਾਰਗ ਤੇ ਘਾਟੀ ਦੇ ਉੱਚੇ ਇਲਾਕਿਆਂ ਦੇ ਵਿੱਚ ਹੋਰ ਮਹੱਤਵਪੂਰਨ ਸੜਕਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਮੌਸਮ ਵਿਭਾਗ ਮੁਤਾਬਿਕ ਮੀਂਹ ਤੇ ਬਰਫ਼ਬਾਰੀ ਦਾ ਸਿਲਸਿਲਾ ਇਹ 16 ਨਵੰਬਰ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਬਰਫ਼ਬਾਰੀ ਦੇ ਕਾਰਨ ਘਾਟੀ ਦੇ ਉੱਚੇ ਇਲਾਕਿਆਂ ਦੇ ਵਿੱਚ ਸ਼੍ਰੀਨਗਰ ਲੇਹ ਰਾਸ਼ਟਰੀ ਰਾਜਮਾਰਗ ਤੇ ਹੋਰ ਮਹੱਤਵਪੂਰਨ ਸੜਕਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਬਾਂਦੀਪੋਰਾ ਗੁਰੇਜ਼ ਸੜਕ ਵੀ ਬੰਦ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮਾਰਗ ਤੇ ਰਾਜਧਾਨ ਦਰੇ ਤੇ ਬਰਫ਼ਬਾਰੀ ਤੇ ਘੱਟ ਵਿਜ਼ੀਬਿਲਟੀ ਦੇ ਕਾਰਨ ਸੋਮਵਾਰ ਰਾਤ 16 ਟਰੱਕਾਂ ਤੇ 4 ਸੂਮੋ ਮਾਲ ਗੱਡੀਆਂ ਦੇ ਵਿੱਚ ਸਵਾਰ ਲੋਕ ਫਸ ਗਏ। ਉਹਨਾਂ ਨੂੰ ਬਾਰਡਰ ਰੋਡਜ਼ ਆਰਗਨਾਈਜੇਸ਼ਨ ਦੇ ਜਵਾਨਾਂ ਨੇ ਰਾਤ ਭਰ ਮੁਹਿੰਮ ਚਲਾ ਕੇ ਬਚਾਇਆ ਗਿਆ। ਦੱਸ ਦਈਏ ਕਿ ਬਰਫ਼ਬਾਰੀ 16 ਨਵੰਬਰ ਤੱਕ ਜਾਰੀ ਰਹੇਗੀ। ਕਿਸ਼ਤਵਾੜ ਦੇ ਸਿੰਥੌਨ ਟਾਪ ਦੇ ਵਿੱਚ ਵੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਅਜਿਹਾ ਹੀ ਮੌਸਮ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਜਤਾਈ ਹੈ। ਮੀਂਹ ਤੇ ਬਰਫ਼ਬਾਰੀ ਦਾ ਸਿਲਸਿਲਾ ਜਿਹੜਾ ਹੈ ਉਹ 16 ਨਵੰਬਰ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਇਹਨਾਂ ਥਾਵਾਂ ਤੇ 6 ਇੰਚ ਤੱਕ ਬਰਫ਼ ਜਮ੍ਹਾਂ ਹੋ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਕਸ਼ਮੀਰ ਦੇ ਵਿੱਚ ਇਹ ਮੌਸਮ ਦੀ ਪਹਿਲੀ ਬਰਫ਼ਬਾਰੀ ਹੈ ਜੋ ਕਿ ਸੋਮਵਾਰ ਨੂੰ ਸ਼ੁਰੂ ਹੋਈ ਸੀ ਅਤੇ ਕਈ ਥਾਵਾਂ ਤੇ ਰਾਤ ਭਰ ਰੁਕ ਰੁਕ ਕੇ ਜਿਹੜੀ ਹੈ ਬਰਫ਼ਬਾਰੀ ਹੋਈ ਤੇ ਅੱਜ ਵੀ ਜਿਹੜੀ ਹੈ ਬਰਫ਼ਬਾਰੀ ਹੋ ਰਹੀ ਹੈ। ਕੁਪਵਾੜਾ ਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਪਹਾੜ ਵੀ ਸਫੇਦ ਚਾਦਰ ਦੇ ਨਾਲ ਢੱਕ ਗਏ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਮੁਗਲ ਰੋਡ ਦੇ ਵਿੱਚ 6 ਇੰਚ ਤਾਜ਼ੀ ਬਰਫ਼ ਜਿਹੜੀ ਆ ਉਹ ਵੀ ਜਮ੍ਹਾਂ ਹੋਈ ਹੈ। ਸੋ ਖੂਬਸੂਰਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਕਿ ਜੰਮੂ ਕਸ਼ਮੀਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਸੈਲਾਨੀਆਂ ਦੇ ਵੱਲੋਂ ਪਹਾੜਾਂ ਦਾ ਹੁਣ ਰੁੱਖ ਵੀ ਕੀਤਾ ਜਾ ਰਿਹਾ ਹੈ।